は ਲੋ ਜੀ ਮੁਬਾਰਕ ਹੋਵੇ ਤੁਹਾਨੂੰ ਇਹ ਕੱਚੇ ਘਰ ਨੂੰ ਲੱਗ ਗਿਆ ਤਾਲਾ ਠੀਕ ਹੋ ਗਿਆ ਹੁਣ ਆਪਾਂ ਚੱਲ ਕੇ ਰਾਂਗੇ ਕੋਠੀ ਦੇ ਵਿੱਚ ਜਿਹੜੀ ਨਵੀਂ ਕੋਠੀ ਬਣਾਈ ਹੈ ਨਾ ਕੋਠੀ ਚੱਲ ਕੇ ਰਾਂਗੇ ਠੀਕ ਹੈ ਨਾ ਖੁਸ਼ਿਆ ਭਰਾ ਜੀ ਮੈਨੂੰ ਇੱਕ ਤੇਰੇ ਨਾਲ ਗਿਲਾ ਆ ਉਹ ਕੀ ਕੋਠੀ ਆਪਾਂ ਲੈ ਲਈ ਆ ਹਾਂ ਨਿਚਲਾ ਪੋਰਸ਼ਨ ਤੇਰਾ ਹੈ ਹਾਂ ਤੇ ਉਤਲਾ ਮੇਰਾ ਬਿਲਕੁਲ ਤੇ ਉੱਥੇ ਤੂੰ ਗੱਡੀ ਇੱਕੋ ਖੜੀ ਕੀਤੀ ਹੈ ਮੇਰੀ ਗੱਡੀ ਤੇਰੀ ਗੱਡੀ ਬੁੱਕ ਕਰਾਈ ਹੈ ਮੈਂ ਚੱਲ ਇੰਜ ਕਰ ਤੂੰ ਉਹ ਮੇਰੀ ਗੱਡੀ ਰੱਖ ਲੈ ਨਵੀਂ ਗੱਡੀ ਆਏਗੀ ਉਹ ਮੈਂ ਰੱਖ ਲਾਂਗਾ ਤੇ ਮੇਰੀ ਗੱਡੀ ਨਵੀਂ ਗੱਡੀ ਆਂਦੀ ਪਈ ਹੈ ਨਾ ਉਹ ਤੇਰੀ ਗੱਡੀ ਸੀ ਮੈਂ ਉਹਨਾਂ ਨੂੰ ਦੇ ਦਿਆਂ ਨਵੀਂ ਗੱਡੀ ਆਏਗੀ ਉਹ ਤੂੰ ਰੱਖ ਲਈ ਤੇ ਮੇਰੀ ਗੱਡੀ ਭਰਾ ਮੇਰਾ ਕਹਿੰਦਾ ਪਿਆ ਹੈ ਨਾ ਵੀ ਇਹਦੇ ਵਾਲੀ ਗੱਡੀ ਅਸੀਂ ਰੱਖ ਲਵਾਂਗੇ ਬੜੇ ਗੁਰਬਤ ਦੇ ਦਿਨ ਗੁਜ਼ਾਰੇ ਨੇ ਖੁਸ਼ੀਆ ਬੇਗਮ ਹੁਣ ਤਾਂ ਸਾਡੇ ਚੰਗੇ ਦਿਨ ਆ ਗਏ ਨੇ ਹਾਂ ਹੁਣ ਸਾਡੇ ਚੰਗੇ ਦਿਨ ਆ ਗਏ ਨੇ ਤੇ ਮੈਂ ਵੀ ਆਪਣੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਾਂਗੀ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੀ ਮੈਂ ਵੀ ਆਪਣੀਆਂ ਖੁਆਇਸ਼ਾਂ ਪੂਰੀਆਂ ਕਰਾਂਗੀ ਸਹੀ ਓਏ ਤੇ ਦੁਆ ਕਰੀਏ ਆਪਣੇ ਦਾਦੇ ਪਰਦਾਦਿਆਂ ਨੂੰ ਉਹ ਜਿਹਨਾਂ ਦੀ ਡੁੱਬੀ ਹੋਈ ਜ਼ਮੀਨ ਜਿਹੜੀ ਹੈ ਨਾ ਉਹ ਸਾਨੂੰ ਮਿਲ ਗਈ ਤੇ ਅਸੀਂ ਕਰੋੜਾਪਤੀ ਹੋ ਗਏ ਬਿਲਕੁਲ ਠੀਕ ਹੈ ਤੁਸੀਂ ਇਹਨਾਂ ਕੱਚੀਆਂ ਕੋਠਿਆਂ ਦੇ ਵਿੱਚ ਰਹਿ ਰਹਿ ਕੇ ਮੈਂ ਤੇ ਪਾਰਲਰ ਵੀ ਨਹੀਂ ਜਾ ਸਕੀ ਮੇਰਾ ਤੇ ਰੰਗ ਵੀ ਖਰਾਬ ਹੋ ਗਿਆ ਠੀਕ ਹੋ ਗਿਆ ਹੈ ਕੀ ਠੀਕ ਹੋ ਗਿਆ ਮੇਰਾ ਰੰਗ ਖਰਾਬ ਹੋ ਗਿਆ ਤੇ ਕਹਿੰਦਾ ਠੀਕ ਹੋ ਗਿਆ ਮੈਂ ਤੈਨੂੰ ਵਧੀਆ ਵਧੀਆ ਕਰੀਮਾਂ ਲੈ ਦੇਵਾਂਗਾ 50 ਲੱਖ ਦੀ ਤੈਨੂੰ ਗੱਡੀ ਲੈਤੀ ਤੇ 50 ਲੱਖ ਦੀ ਤੈਨੂੰ ਕਰੀਮਾਂ ਨਹੀਂ ਲੈ ਕੇ ਦੇ ਸਕਦਾ ਤੇ ਲੈ ਕੇ ਨਹੀਂ ਦੇਣੀਆਂ ਸਾਨ ਕਰਨੇ ਮੇਰੇ ਤੇ ਮੈਂ ਤਾਂ ਚਾਂਦੀ ਦਾ ਖੁੱਸਾ ਲਵਾਂਗੀ ਵਾਹ ਬਈ ਵਾਹ ਭਲੀਏ ਲੋਕੇ ਚਾਂਦੀ ਦਾ ਖੁੱਸਾ ਓਏ ਹੁਣ ਤੂੰ ਸੋਨੇ ਦਾ ਖੁੱਸਾ ਲੈ ਉੱਤੇ ਮੋਤੀ ਹੀਰੇ ਜਵਾਹਰਾਤ ਲਵਾ ਓ ਮੈਂ ਕਰੋੜਾਪਤੀ ਹੋ ਗਿਆ ਕਰੋੜਾਂ ਦਾ ਮਾਲਕ ਐਡੀ ਵੱਡੀ ਕੋਠੀ ਲੈ ਲਈ ਹੁਣ ਤੇ ਚੱਲ ਖੁਸ਼ੀਆ ਆਪਣੇ ਨਵੇਂ ਘਰ ਚੱਲੀਏ ਹੁਣ ਨਹੀਂ ਪਹਿਲੇ ਮੈਨੂੰ ਇੱਕ ਕੱਚਾ ਘਰ ਚੁੰਮ ਲੈਣ ਦੀ ਗੱਲ ਸੁਣੋ ਹੁਣ ਅਸੀਂ ਨਵੇਂ ਘਰ ਚ ਜਾ ਰਹੇ ਹਾਂ ਵੱਡੀ ਕੋਠੀ ਜਾ ਰਹੇ ਹਾਂ ਇੱਥੇ ਅਸੀਂ ਨਾ ਹੀ ਸੀ ਹਾਂ ਪਰ ਉੱਥੇ ਅਸੀਂ ਨਾ ਹੀ ਨਹੀਂ ਰਹਾਂਗੇ ਕਿਉਂਕਿ ਹੁਣ ਸਾਡੇ ਕੋਲ ਪੈਸਾ ਆ ਗਿਆ ਤੇ ਹੁਣ ਅਸੀਂ ਬਣ ਗਏ ਕਰਮਾਟੇ ਕੀ ਬਣ ਗਏ ਕਰਮਾਟੇ ਨਹੀਂ ਕਰਮਾਟੇ ਕੌਮ ਸਹੀ ਨਹੀਂ ਆ ਰਾਣੇ ਠੀਕ ਆ ਚਲੋ ਐਵੇਂ ਕਰਦੇ ਆ ਤੁਸੀਂ ਕਰਮਾਟੇ ਬਣ ਜਾਓ ਅਸੀਂ ਰਾਣੇ ਬਣ ਜਾਂਦੇ ਆ ਉਹ ਬੇਵਕੂਫਾ ਆਪਾਂ ਦੋਵੇਂ ਸੱਕੇ ਭਰਾਵਾਂ ਤੇ ਇੱਕ ਪਿਓ ਦੀ ਔਲਾਦ ਆ ਦੋ ਕੌਮਾਂ ਕਿਵੇਂ ਬਣਾ ਸਕਨੇ ਆ ਤੇ ਅਸੀਂ ਆ ਨਾਈਆਂ ਤੋਂ ਵੀ ਤੇ ਬਦਲ ਰਹੇ ਨਾ ਅੱਗੇ ਮੇਰੀ ਗੱਲ ਸੁਣੋ ਜਿਹੜੇ ਕਰਮਾਟੇ ਨੇ ਨਾ ਉਹ ਰਾਣੀਆਂ ਤੋਂ ਉੱਤੇ ਹੁੰਦੇ ਨੇ ਤੇ ਆਪਾਂ ਅੱਜ ਤੋਂ ਬਾਅਦ ਚੌਧਰੀ ਕਰਮਾਟੇ ਬਣ ਗਏ ਆ ਚੱਲ ਫਿਰ ਠੀਕ ਆ ਠੀਕ ਹੈ ਵੱਡਾ ਘਰ ਹੈ ਨਵਾਂ ਘਰ ਨਵੀਂ ਕੌਮ ਹੁਣ ਸਾਨੀ ਨਾ ਹੀ ਕੋਈ ਨਾ ਆਖੇ ਅੱਛਾ ਮੇਰੀ ਗੱਲ ਸੁਣੋ ਹਾਂ ਤੁਹਾਨੂੰ ਮੈਂ ਕਦੋਂ ਦੀ ਕਹਿੰਦੀ ਮੈਂ ਪਾਰਲਰ ਜਾਣਾ ਹੈ ਪਾਰਲਰ ਜਾਣਾ ਤੇ ਇਸ ਗੁਰਬਤ ਨੇ ਤਾਂ ਮੈਨੂੰ ਪਾਰਲਰ ਵੀ ਨਹੀਂ ਜਾਣ ਦਿੱਤਾ ਤੇ ਮੈਂ ਤੇ ਆਪ ਨਾ ਮੁੰਡਿਆਂ ਦੀ ਕਟਿੰਗ ਕਰਵਾ ਕੇ ਜਾਣਾ ਹੈ ਐਵੇਂ ਮੈਂ ਕੋਈ ਨਹੀਂ ਜਾਣਾ ਜੀ ਉੱਥੇ ਪਹਿਲੇ ਮੇਰੀ ਕਟਿੰਗ ਕਰਵਾਓ ਤੇ ਫਿਰ ਮੈਂ ਜਾਣਾ ਹਾਂ ਹਾਂ ਨੂਰੀ ਭਾਬੀ ਮੈਂ ਆਪਣੀ ਬੇਗਮ ਦੀ ਡੈਂਟਿੰਗ ਪੈਂਟਿੰਗ ਕਰਾਣੀ ਉੱਥੋਂ ਬੁਲਾਉਂਦੇ ਆ ਨਾਈ ਨੂੰ ਪਰ ਗੱਲ ਸੁਣੋ ਹੁਣ ਆਪਾਂ ਨਾਈ ਨਹੀਂ ਲੈ ਠੀਕ ਹੈ ਨਾਈ ਨੂੰ ਬੁਲਾ ਕੇ ਤੇ ਇਹਦੀ ਥੋੜੀ ਕਟਿੰਗ ਕਰਾ ਲੈਨੇ ਆ ਹਾਂ ਠੀਕ ਹੈ ਕਿਉਂਕਿ ਨਵੇਂ ਘਰ ਤੇ ਜਾਵਾਂਗੇ ਨਵਾਂ ਫੈਸ਼ਨ ਨਵੀਂ ਚੀਜ਼ ਆ ਚੀਜ਼ ਹੈ ਆ ਪਤਾ ਲੱਗੇ ਮਹਿਮਾ ਆਈਆਂ ਆ ਤੁਸੀਂ ਕਰੋ ਨਾਈ ਨੂੰ ਫੋਨ ਜ਼ਰਾ ਅੱਛਾ ਅੱਛਾ ਹੈਲੋ ਸਲਾਮ ਅਲੈਕੁਮ ਵਾਲੇਕੁਮ ਸਲਾਮ ਪੁੱਤਰ ਨੂਰ ਨਜ਼ੀਰ ਹੈ ਮੈਂ ਨੂਰ ਨਜ਼ੀਰ ਨਾਈ ਗੱਲ ਕਰੇਂਦਾ ਪਿਆ ਅੱਛਾ ਪੁੱਤਰ ਮੈਂ ਖੁਸ਼ੀਆ ਗੱਲ ਕਰ ਰਿਹਾ ਖੁਸ਼ੀਆ ਅੱਛਾ ਚਾਚਾ ਖੁਸ਼ੀਆ ਹਾਂ ਹਾਂ ਬਿਲਕੁਲ ਤੇ ਇੰਜ ਕਰ ਮੇਰੇ ਘਰ ਆ ਜਾ 5 ਮਿੰਟ ਦੇ ਅੱਛਾ ਅੱਛਾ ਕਰਨਾ ਕੀ ਹੈ ਓ ਯਾਰ ਵਾਲਾਂ ਦੀ ਕਟਿੰਗ ਕਰਾਣੀ ਹੈ ਜਲਦੀ ਨਾਲ ਮੇਰੇ ਘਰ ਆ ਜਾ ਮੈਂ ਹੁਣੇ ਆਇਆ ਠੀਕ ਹੈ ਹਾਲ ਨੂਰ ਨਜ਼ੀਰ ਨਾਈ ਆਂਦਾ ਪਿਆ ਤੇ ਉਹਦੇ ਕੋਲ ਤੇਰੀ ਮੈਂ ਕਟਿੰਗ ਕਰਾ ਦੇਣਾ ਠੀਕ ਹੈ ਕੀ ਬਾਰ ਬਾਰ ਨਾਈ ਦਾ ਨਾਮ ਲਈ ਜਾਂਦੇ ਮੈਨੂੰ ਗੁੱਸਾ ਆ ਰਿਹਾ ਹੈ ਉਹ ਚੁੱਪ ਕਰ ਜਾ ਹੁਣ ਤੱਕ ਨਾਈ ਸੀਗੇ ਹੁਣ ਤੱਕ ਨਾਈ ਸੀ ਪਰ ਹੁਣ ਅਸੀਂ ਨਾਈ ਨਹੀਂ ਆ ਮੈਨੂੰ ਨਾਈਆਂ ਦੇ ਨਾਮ ਤੋਂ ਚਿੜ ਆਂਦੀ ਏ ਨਹੀਂ ਟਿਕ ਕੇ ਖਲੋ ਇਹ ਕਟਿੰਗ ਵਾਸਤੇ ਨਾਈ ਨੂੰ ਹੀ ਬੁਲਾਉਣਾ ਹੈ ਹੋਰ ਮੈਂ ਡਾਕਟਰ ਨੂੰ ਬੁਲਾਉਣਾ ਹੈ ਆਪਾਂ ਵੀ 5 ਮਿੰਟ ਪਹਿਲੇ ਨਾਈ ਸਾਂ ਗੱਲਾਂ ਕਰਨ ਤੁਰੀਏ ਅੱਛਾ ਹੁਣ ਇੰਜ ਕਰੋ ਚਾਰ ਪਈਆਂ ਚੁੱਕ ਕੇ ਇੱਥੇ ਰੱਖੋ ਯਾਰ ਚਰਪਾਈਆਂ ਤੇ ਸਮਾਨ ਦੇ ਨਾਲ ਲੈ ਨਹੀਂ ਸੀਗਾ ਓ ਯਾਰ ਇਹ ਪੁਰਾਣੀਆਂ ਚਾਰਪਾਈਆਂ ਨੇ ਇੱਥੇ ਰੱਖ ਜਾਣੀਆਂ ਨੇ ਉੱਥੇ ਬੈੱਡ ਤੇ ਸੋਫੇ ਲੱਗੇ ਹੋਏ ਨੇ ਇਹ ਉਸ ਨਾਈ ਨੂਰ ਨਜ਼ੀਰ ਨੂੰ ਦੇ ਦਾਂਗੇ ਚਾਰਪਾਈਆਂ ਤੇ ਇਹ ਮਕਾਨ ਮੈਂ ਆਪਣੀ ਬੀਵੀ ਦੇ ਸਦਕੇ 'ਚ ਉਹ ਨੂਰ ਨਜ਼ੀਰ ਨਾਈ ਨੂੰ ਦੇ ਦਾਂਗਾ ਬਸ ਠੀਕ ਆ ਖੁਸ਼ੀ ਭਰਾ ਜਿਹੜਾ ਅੰਦਰ ਸਮਾਨ ਪਿਆ ਨਾ ਮੈਂ ਆਪਣੀ ਬੇਗਮ ਦਾ ਸਦਕਾ ਦੇ ਦੇਣਾ ਸਾਰਾ ਠੀਕ ਗੱਲ ਸੁਣਾ ਮੈਂ ਅੰਦਰੋਂ ਆਪਦੀ ਚੱਪਲ ਚੁੱਕਣੀ ਹੈ ਕੋਲੀ ਨਾਈ ਦੀ ਨਾਈ ਰਹੀ ਨਾ ਤੂੰ ਚੱਪਲ ਨਵੀਂ ਨਾ ਮਿਲੂ ਬਾਜ਼ਾਰੋਂ ਚਲੋ ਚਾਰ ਪਾਈ ਤੇ ਵਿਛਾਓ ਇੱਥੇ ਚਾਰ ਪਾਈ ਵਿਛਾਓ
दोर दोर वखियां मारे मुंडा पटवारी दा दोर दोर वखियां मारे मुंडा पटवारी दा पटवारी तो गाल याद आ गए खुशी को बड़ा पैसा आ गया नूर नजीरो ओ की में आ खुशिया नाई नहीं पता नहीं पैसा की तू आया ने कोठी भी पाई खले बहुत रुपया आया इन्हें ए फूनी उसे दायाई आदाई आके कटिंग कर जा पैसा बड़ा मिल सी मनु लग दे उतू हाँ हाँ वो तो कारा ते कोठियां झूठ दे बदेन बड़ा मालू आया ने चंगे पैसे आए ने तू बाओ उस समय तेनु बाद जा के लैसा मैनू हुण छुट्टी है मैं जाके खुशिया दी कटें की थी वहां सबार कारो मेरा तो काम मुकाई जा बढ़िया साबुन ला छड़े ते शेप तक आर तेरे कोलो मैंने पैसे कणक ते लबसन उडू नकद पैसे लबसन उही चंगे आ तो दौर लगे लगे ओ और आंतिया साबुन लगा छाड़ गयो यो तेरी रड़ी निकले ना आईया तेरा तख्ता चमे एक दे वेखी ना हुण मैं मुंह धो लैना चलो खांदे आ मेरा साबुन विच लगया छाड़ गया दोरो वखियां मारे मुंडा पटवारी दा ओ नहीं आ गया अस्सलाम वालेकुम वालेकुम सलाम आ यार तेरा इंतजार कर रहा था ए मेरी बीवी है इतना वीआईपी कटिंग करनी मुंडे वाली कटिंग करनी मैं बिस्मिल्ला करा मैं एदी कटिंग इंग्लिश मैडम करे सा जी अच्छा चल आ जल्दी ना कटिंग कर तुझे देखा तो ये जाना सनम प्यार होता है दीवाना सनम तुझे देखा तो ये जाना सनम प्यार होता है दीवाना सनम तुम्हारे बाल बड़े खूबसूरत हैं मैनू वाल कटने बोल वेंदे तेनू ता पता है तू तो बड़ी दफा वाल कटवाएं खुशी है नाईया ओए बकवास बंद कर तेन मैं दसा मैं नाई नू नहीं गरमाटा वा गरमाटा कदम गरमाटा बने चाचे रुस्तम नाई दा पोतर नी वे ओए बकवास ना कर मैं तेरी जुबान खिचलवांगा असी गरमाटे हां मेरे सक्के तो हो तू आदा अब मेरे अब्बे दे नाल शेवा करेंदा आई बकवास बंद कर साडा अब्बा कोई नहीं सी शेवा शुवा करदा समझ आले तेनू असी गरमाटे हां इनू बाहर कड्डो ਐਵੇਂ ਕਿਸੇ ਗੰਦੀ ਕੌਮ ਦਾ ਨਾਮ ਲਈ ਜਾਂਦਾ ਹੈ ਚਲੂ ਸਕ ਮਲੂ ਸਕ ਸਾਡੀ ਕੌਮ ਦੇ ਬਾਰੇ ਗੱਲ ਨਾ ਕਰ ਪਈ ਇਹ ਜਿੰਨੇ ਸ਼ਕ ਮਲੂ ਸ਼ਕ ਸਾਡੀ ਕੌਮ ਦੇ ਬਾਰੇ ਗੱਲ ਨਾ ਕਰ ਪਈ ਇਨਾ ਕੋਲੂ ਕੁਛ ਇਨਾ ਫੁੱਪੀ ਨਾਇਆ ਦੇ ਪਾਸੇ ਪਰ ਨਾ ਹੀ ਹੋਈ ਹੈ ਬਕਵਾਸ ਨਾ ਕਰ ਅਸੀਂ ਜੱਦੀ ਪੁਸ਼ਤੀ ਅਮੀਰ ਬੰਦੇ ਆ ਤੇ ਕਰਮਾਟੇ ਆ ਅਸੀਂ ਤੁਹਾਡਾ ਕੋਈ ਰਕਬਾ ਹੈਗਾ ਆ ਇਹ ਜੰਨਤ ਤੁਹਾਡੀ ਕੇ ਲੱਗਦੀ ਹੈ ਫੁੱਪੀ ਨਹੀਂ ਉਹਦਾ ਮਰੋ ਦੀ ਨਾਈਏ ਉਹ ਆਪ ਹੀ ਨੈਣੇ ਤੁਸੀਂ ਵੀ ਨਾਈ ਹੋ ਮੇਰੇ ਸੱਕੇ ਹੋ ਬਕਵਾਸ ਬੰਦ ਕਰੋ ਮੈਂ ਤੈਨੂੰ ਦੱਸਣਾ ਨਾਈ ਨਾਈ ਬਾਲ ਬਾਲ ਨਾ ਕਹਿ ਸਾਨੂੰ ਮੈਂ ਤੇਰੀ ਗਰਦਨ ਕੋਟਨੀ ਤੁਸੀਂ ਨਾਈ ਹੋ ਇਹ ਤਾਂ ਪੂਰੇ ਵਸੇਬ ਨੂੰ ਪਤਾ ਹੈ ਆ ਚਾਚਾ ਖੁਸ਼ੀਆ ਨਾਈ ਕੀ ਹਾਲ ਹੈ ਬਕਵਾਸ ਬੰਦ ਕਰ ਜਲੀਮ ਤਾਂ ਆ ਕਮੀਆਂ ਬਕਵਾਸ ਮਾਰ ਦੇ ਤੈਨੂੰ ਖੁਸ਼ੀ ਕਿਹਾ ਵੀ ਸੀ ਵੀ ਟਾਈਮ ਨਾਲ ਇੱਥੋਂ ਚੱਲੀਏ ਇਹਨਾਂ ਕਮੀਆਂ ਨਾਲ ਸਾਡਾ ਜੋੜ ਹੀ ਕੋਈ ਨਹੀਂਗਾ ਹੁਣ ਦੱਸ ਉਹਨਾਂ ਨੂੰ ਮੈਂ ਦੱਸਿਆ ਇਹਨੂੰ ਸਮਝਾ ਇਹਨੇ ਚੰਦ ਭਰਾ ਲੈਣੇ ਇਹਨੂੰ ਸਮਝਾ ਲਾ ਇਹਨੂੰ ਕੱਢ ਇੱਥੋਂ ਕੱਢ ਮੇਰਾ ਦਿਮਾਗ ਖਰਾਬ ਹੋ ਰਿਹਾ ਮੈਂ ਤੇਰਾ ਨੱਕ ਬੰਦ ਨਾ ਤੋਤੇ ਵਰਗਾ ਬੇ ਛੇਤੀ ਵਾਲ ਕੱਢ ਮੇਰਾ ਰੰਗ ਖਰਾਬ ਹੋ ਰਿਹਾ ਹੈ ਚੁੱਪ ਕਰ ਨਾਈਆਂ ਦੀ ਛੇਰ ਰੰਮੇ ਨਾਈ ਬੀਬੀ ਤੇ ਤੇਰਾ ਰੰਗ ਖਰਾਬ ਪਿਓ ਓ ਤਮੀਜ਼ਾ ਮੇਰੀ ਬੇਗਮ ਮੈਂ ਬਕਵਾਸ ਬਸ ਕਰ ਤੂੰ
तेरी जबान किवें कैंची तरह चलदी ते तेरी बेगम ए नैन ते वे वे मैं तेरे मार देनी वे वे बकवास बंद कर मैं थल्ले बैठ के बाल काट एक मिनट मेरा फोन आंदा पी हेलो छुआ दे वाल कटने एक मिनट मैं खुशिया नाई दे घर बैठा बकवास मरदा तेन रोके नाई नी कहना नाई नी कहना कमी ना हो नाई खुशिया चाचा दे घर बैठा चाचा खुशिया दे नाई दे घर अच्छा सानू उमर रहंदा है असि आख्या गए ओ सानू बजा छोड़या क्यों पता है ताको पैसे दे पैसे पैसे मेरे को कोनी दे वो उधार कर लवे नहीं ओ वाल कटेंदे हां उधार तो कर नहीं सी ना चलो उधार अच्छा ठीक है आप चल जाओ जाओ अब नहीं कटावणे हां हां जाओ जाओ अम्मी तू ही कटवाई आ जा भाई जाना निकलवा दफा दफा हो जा मैं तेन कहना ओ चल जा काम कर दफा हो जा ओ जहां दफा हो जा चल चवल दे ना होए तो अस्सलाम वालेकुम ए मेरे बाल इन पे इन दे बाल कटने हैं बाल कटने जिया कटवावने पर उधारे पैसे के ही नहीं मैं बाल उधारे काट देना पैसे कदी ना मंगसा अच्छा यानी के मुक्त मुक्त एनु तुसा खुशिया नाई सजना ओके ओके खुशिया नाई 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 शिकारी कुत्ती तिने प्यो पुत्र बखारत ने खुशी नहीं ए ता ठीक हो गई है खुशी है नाल होने नु चिक्की इंज वदियां जिवें रिछ कुत्तियां नु चिकेंदे